ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਵਿੱਚ ਆਜ਼ਾਦੀ ਤੋਂ ਬਾਅਦ ਪੰਜਾਬ ਦਾ ਕਿਸਾਨ ਸ਼ਾਇਦ ਸਭ ਤੋਂ ਵੱਡੇ ਸੰਕਟ ਦੇ ਵਿੱਚ ਦੀ ਗੁਜ਼ਰ ਰਿਹਾ ਹੈ। ਜੇ ਮੈਂ ਗੱਲ ਕਹਾਂ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ, ਚਾਹੇ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਜਾਂ ਜਿਹੜੇ ਰਾਜਸੀ ਆਗੂਆਂ ਦੀ ਬਿਆਨਬਾਜ਼ੀ 'ਚ ਕਿਸਾਨਾਂ ਦਾ ਜੋ ਜ਼ਿਕਰ ਕੀਤਾ ਜਾ ਰਿਹਾ, ਸਥਿਤੀ ਉਸ ਨਾਲੋਂ ਕਿਤੇ ਗੰਭੀਰ ਹੈ। ਕੇਵਲ ਪੰਜਾਬ ਹੀ ਨਹੀਂ, ਦੇਸ਼ ਵਿਦੇਸ਼ 'ਚ ਬੈਠੇ ਪੰਜਾਬੀ ਵੀ ਇਸ ਸਥਿਤੀ ਤੋਂ ਫਿਕਰਮੰਦ ਹੈ। ਜੇ ਆਪਾਂ ਗੱਲ ਕਰਦੇ ਹਾਂ ਸਾਰੇ ਉਹਨਾਂ ਪ੍ਰਸਥਿਤੀਆਂ ਨੂੰ ਲੈ ਕੇ ਕਿ ਇਹੋ ਜਿਹੇ ਹਾਲਾਤ ਜਾਂ ਇਹੋ ਜਿਹੀਆਂ ਪ੍ਰਸਥਿਤੀਆਂ ਕਿਉਂ ਪੈਦਾ ਹੋਈਆਂ, ਤਾਂ ਇਸ ਦੇ ਬਹੁਤ ਸਾਰੇ ਕਾਰਨ ਨੇ। ਆਪਾਂ ਸ਼ਾਇਦ ਸਾਰਿਆਂ ਨੇ ਕਿਤੇ ਨਾ ਕਿਤੇ ਜ਼ਰੂਰ ਇਹ ਦੇਖਿਆ ਹੋਏਗਾ, ਜਦੋਂ ਹਨੇਰੀ ਜਾਂ ਤੂਫਾਨ ਆਉਂਦਾ ਹੈ ਤਾਂ ਅਗਲੇ ਦਿਨ ਦਰੱਖਤਾਂ ਦੇ ਹੇਠਾਂ ਬਹੁਤ ਸਾਰੇ ਪੰਛੀ ਸਾਨੂੰ ਡਿੱਗੇ ਪਏ ਮਿਲਦੇ ਹੈ। ਪੰਜਾਬ ਦਾ ਕਿਸਾਨ ਪੰਛੀਆਂ ਦੀ ਤਰ੍ਹਾਂ ਆਪਣੇ ਖੇਤਾਂ ਦੇ ਅੰਦਰ ਤੜਫ ਤੜਫ ਕੇ ਦਮ ਤੋੜ ਰਿਹਾ ਹੈ ਅਤੇ ਮੀਡੀਆ ਅੰਦਰ ਛਪਦੀਆਂ ਹਨ ਚੰਦ ਲਾਈਨਾਂ। ਇਹਨਾਂ ਸਾਰੇ ਮੁੱਦਿਆਂ 'ਤੇ ਸਾਡੇ ਨਾਲ ਚਰਚਾ 'ਚ ਜਿਹੜੇ ਖਾਸ ਮਹਿਮਾਨ ਹਾਜ਼ਰ ਨੇ, ਦਵਿੰਦਰ ਸ਼ਰਮਾ ਜੀ, ਜਿਹੜੇ ਖੇਤੀ ਖੇਤਰ 'ਚ ਖਾਸ ਮਹਾਰਤ ਰੱਖਦੇ ਹੈ ਅਤੇ ਕੌਮਾਂਤਰੀ ਪੱਧਰ 'ਤੇ ਇਹਨਾਂ ਦੀ ਇੱਕ ਵਿਲੱਖਣ ਪਹਿਚਾਣ ਹੈ। ਦੂਜੇ ਸਾਡੇ ਨਾਲ ਖਾਸ ਮਹਿਮਾਨ ਇੰਦਰਪ੍ਰੀਤ ਸਿੰਘ ਜੀ, ਜਿਹੜੇ ਕਿ ਸੀਨੀਅਰ ਜਰਨਲਿਸਟ ਹਾਈ ਹੈ ਪਰ ਖੇਤੀ ਮਾਮਲਿਆਂ 'ਚ ਇਹਨਾਂ ਨੇ ਬੜਾ ਨਜ਼ਦੀਕ ਤੋਂ ਦੇਖਣ ਦਾ ਮੌਕਾ ਹਾਸਲ ਕੀਤਾ। ਮੈਂ ਦੋਨਾਂ ਮਹਿਮਾਨਾਂ ਨੂੰ ਜੀਆਂ ਆਖਦਾ। ਦਵਿੰਦਰ ਸ਼ਰਮਾ ਜੀ, ਜਿੱਦਾਂ ਆਪਾਂ ਸ਼ੁਰੂ 'ਚ ਇਹਦੇ 'ਤੇ ਡਿਬੇਟ 'ਤੇ ਕਮੈਂਟ ਕੀਤਾ ਕਿ ਲੱਗਦਾ ਹੈ ਕਿ ਇਸ ਵੇਲੇ ਜਿਹੜੀ ਹੈਗੀ ਹੈ ਪੰਜਾਬ ਦਾ ਕਿਸਾਨ ਜਿਸ ਤ੍ਰਾਸਦੀ 'ਚੋਂ ਨਿਕਲ ਰਿਹਾ, ਕਿ ਆਪਣੇ ਸਮਿਆਂ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ? ਦੇਖੋ ਜੀ, ਓਵਰ ਦੀ ਈਅਰਸ ਐਕੂਮੂਲੇਟ ਕਰਦਾ ਕ੍ਰਾਈਸਿਸ ਜਿਹੜਾ ਹੁੰਦਾ, ਔਰ ਪੰਜਾਬ ਵਿੱਚ ਵੀ ਕਈ ਸਦੀਆਂ ਤੋਂ, ਮਤਲਬ ਕਈ ਡਿਕੇਟਸ ਤੋਂ, ਜਿਹਨੂੰ ਤੁਸੀਂ ਕਹਿੰਦੇ ਹੋ, ਉਹ ਤੋਂ ਦੇਖਦੇ ਹਾਂ ਕਿ ਕ੍ਰਾਈਸਿਸ ਜਿਹੜਾ ਵੱਧਦਾ ਗਿਆ ਵੱਧਦਾ ਗਿਆ ਵੱਧਦਾ ਗਿਆ। ਅੱਜ ਇਹ ਸਿਚੁਏਸ਼ਨ ਆ ਚੁੱਕੀ ਹੈ ਕਿ ਕਿਸਾਨ ਆਤਮ ਹੱਤਿਆ ਕਰੇ, ਖੇਤੀ 'ਚੋਂ ਬਾਹਰ ਨਿਕਲੇ, ਮਰੇ ਜੀਏ, ਅੱਜ ਕੱਲ੍ਹ ਮਤਲਬ ਇਹ ਐਕਸਪੈਕਟਿਡ ਹੀ ਹੈ। ਹੁਣ ਇੰਨਾ ਸਭ ਮੰਨ ਕੇ ਚੱਲ ਪਏ ਹੈ ਕਿ ਬਈ ਕਿਸਾਨ ਦੀ ਇਹ ਹਾਲਤ, ਇਹ ਦੁਰਦਸ਼ਾ ਹੋਣੀ ਹੋਣੀ ਹੈ ਜੀ। ਔਰ ਇਹ ਕਿਉਂ ਹੋਇਆ ਹੈ? ਪੰਜਾਬ ਜਿਹੜਾ ਇੱਕ ਇੰਨਾ ਅੱਛਾ ਪ੍ਰਦੇਸ਼ ਜਿਹਨੂੰ ਮੰਨਿਆ ਜਾਂਦਾ ਸੀ, ਸਭ ਤੋਂ ਜ਼ਿਆਦਾ ਅਗਰਨੀ ਸੀਗਾ, ਮਤਲਬ ਜਿਹਨੂੰ ਕਹਿੰਦੇ ਨਾ ਐਗਰੀਕਲ ਮੇਨ ਲਾਈਨ ਐਗਰੀਕਲਚਰ ਸਟੇਟ ਪੰਜਾਬ ਸੀਗਾ, ਗ੍ਰੀਨ ਰੈਵੋਲਿਊਸ਼ਨ ਦੀ ਸੀਟ ਹੈ, ਹਾਂਜੀ, ਸਭ ਕੁਛ ਅਸੀਂ ਕਹਿੰਦੇ ਹਾਂ, ਲੇਕਿਨ ਹੁਣ ਇਹ ਸੁਇਸਾਈਡ ਦਾ ਹੋਟਸਪੋਟ ਵੀ ਬਣ ਚੁੱਕਿਆ। ਅੱਜ ਮੇਰਾ ਮੰਨਣਾ ਹੈ ਕਿ ਬਈ ਦੇਸ਼ ਵਿੱਚ ਜਿੰਨੇ ਹੋਟਸਪੋਟ ਸੁਇਸਾਈਡ ਦੇ ਹੈਗੇ ਹੈ, ਉਹਦੇ ਵਿੱਚ ਪੰਜਾਬ ਦਾ ਇੱਕ ਬਹੁਤ ਇੰਪੋਰਟੈਂਟ ਰੋਲ ਜਾਂ ਪਲੇਸ ਜਿਹੜੀ ਹੈਗੀ ਆ ਉਹ ਬਣ ਚੁੱਕੀ ਹੈ। ਇਹਦਾ ਮਤਲਬ ਹੈ ਕਿ ਸਾਫ਼ ਹੈ ਕਿ ਕਿਤੇ ਨਾ ਕਿਤੇ ਕਈ 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 ਡਿਕੇਟਸ ਤੋਂ, ਕਈ ਦਹਾਕਿਆਂ ਤੋਂ ਅਸੀਂ ਉਹਨੂੰ ਇਗਨੋਰ ਕਰਦੇ ਹਾਂ ਇਹ, ਜਾਂ ਡੈਲੀਬਰੇਟਲੀ ਅਸੀਂ ਐਗਰੀਕਲਚਰ ਨੂੰ ਸਿਚੁਏਸ਼ਨ 'ਤੇ ਲੈ ਕੇ ਆਏ। ਓਕੇ, ਦਵਿੰਦਰ ਸ਼ਰਮਾ ਜੀ, ਬਿਲਕੁਲ ਸੰਖੇਪ ਕਮੈਂਟ ਇਸ ਕਿ ਮੇਰੀ ਸਮਝ ਮੁਤਾਬਕ, ਮੈਂ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਤੁਹਾਡੇ ਨਾਲ ਥੋੜ੍ਹੀ ਦੇਰ ਕੰਮ ਕਰਨ ਦਾ ਮੌਕਾ ਵੀ ਮਿਲਿਆ, ਤੁਸੀਂ ਕੌਮਾਂਤਰੀ ਪੱਧਰ 'ਤੇ, ਕੌਮੀ ਪੱਧਰ 'ਤੇ, ਸੂਬਾਈ ਪੱਧਰ 'ਤੇ ਇਸ ਫੀਲਡ 'ਚ ਬਹੁਤ ਜ਼ਿਆਦਾ ਨਜ਼ਦੀਕ ਤੋਂ ਦੇਖਿਆ, ਕਿ ਲੱਗਦਾ ਕਿ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੁਣ ਤੱਕ ਜੋ ਕੁਝ ਤੁਸੀਂ ਕਵਰ ਕੀਤਾ ਜਾਂ ਦੇਖਦੇ ਰਹੇ ਹੋ, ਇਹ ਬਹੁਤ ਵੱਡੀ ਤ੍ਰਾਸਦੀ ਹੈ। ਦੇਖੋ, ਇਹ ਜੋ ਤੁਸੀਂ ਕਹਿ ਰਹੇ ਹੋ ਗੱਲ ਇਤਨੀ ਇੰਪੋਰਟੈਂਟ ਹੈ, ਕਿਉਂਕਿ ਅਗਰ ਤੁਸੀਂ ਇਸ ਸਾਲ 'ਚ ਦੇਖ ਲਓ ਜੀ, ਅੱਜ ਅਸੀਂ ਸਪਟੰਬਰ 'ਚ, ਅਕਤੂਬਰ 'ਚ ਆ ਗਏ ਹਾਂ ਜੀ ਜੀ, ਤੁਸੀਂ ਦੇਖ ਲਓ ਇਸ ਵਾਰੀ 4 ਵਾਰੀ ਕਿਸਾਨਾਂ ਨੂੰ ਐਸੀ ਬੜੀ ਮਾਰ ਪਈ ਹੈ। ਬੜੀ ਮਾਰ ਕਹਾਂਗਾ ਤਾਂ ਤੁਸੀਂ ਜਨਵਰੀ ਦਾ ਲਗਾਤਾਰ ਦੇਖੋ, ਜਨਵਰੀ ਤੋਂ ਬਾਅਦ ਤੁਹਾਨੂੰ ਯਾਦ ਹੋਏਗਾ ਫਰਵਰੀ, ਮਾਰਚ, ਅਪ੍ਰੈਲ 'ਚ ਅਚਾਨਕ ਬਾਰਿਸ਼ ਹੋਈ ਸੀਗੀ, ਓਲੇ ਪਏ ਸੀਗੇ, ਹੇਲ ਸਟੋਰਮ ਆਇਆ, ਫਸਲਾਂ ਜਿਹੜੀ ਹੈਗੀ ਫਲੈਟ ਹੋ ਗਈ ਸੀਗੀਆਂ, ਉਹ ਉਸ ਦੌਰਾਨ ਵੀ ਤੁਹਾਨੂੰ ਆਤਮ ਹੱਤਿਆ ਦਾ ਦੌਰ ਚੱਲਿਆ। ਉਹਦੇ ਬਾਅਦ ਇੱਕਦਮ ਬਾਰਿਸ਼ ਹੋਈ, ਅਗਲਾ ਸੀਜ਼ਨ ਸ਼ੁਰੂ ਹੁੰਦਾ, ਅਗਲਾ ਸੀਜ਼ਨ ਸ਼ੁਰੂ ਹੁੰਦਾ ਤਾਂ ਪਹਿਲੇ ਤਾਂ ਸਭ ਤੋਂ ਜ਼ਿਆਦਾ ਮਾਰ ਆਲੂ ਵਾਲਿਆਂ ਨੂੰ ਪਈ ਹੈ। ਆਲੂ ਵਾਲੇ ਨੇ ਆਪਣਾ, ਕਿਉਂਕਿ ਆਲੂ ਵਿਕਿਆ ਨਹੀਂ ਹੈ, ਉਹਨਾਂ ਨੂੰ ਕੀ ਕੀਮਤ ਨਹੀਂ ਮਿਲੀ, ਉਹਨਾਂ ਨੇ ਪਹਿਲੀ ਵਾਰੀ ਲੋਕਾਂ ਨੂੰ ਵੰਡਿਆ, ਫ੍ਰੀ ਵੰਡਿਆ, ਸੜਕਾਂ ਦੇ ਰੋੜਿਆ, ਤੁਹਾਨੂੰ ਯਾਦ ਹੋਏਗਾ। ਉਹਦੇ ਬਾਅਦ ਤੁਸੀਂ ਦੇਖੋ ਕਿ ਸੁੱਕਾ ਪੈਣਾ ਸ਼ੁਰੂ ਹੋ ਗਿਆ, ਸੁੱਕਾ ਪੈਣਾ ਸ਼ੁਰੂ ਹੋ ਗਿਆ, ਕਾਟਨ 'ਤੇ ਕੀੜਾ ਆ ਗਿਆ, ਵਾਈਟ ਫਲਾਈ ਆ ਗਈ, ਉਹਦਾ ਨੁਕਸਾਨ ਹਾਲੇ ਤੱਕ ਝੇਲ ਰਹੇ ਹਾਂ, ਹੈ ਨਾ। ਲੇਕਿਨ ਉਹਦੇ ਬਾਅਦ ਤੁਸੀਂ ਦੇਖੋ ਆਪਣੇ ਬਾਸਮਤੀ ਦਾ ਪ੍ਰਾਈਸ ਦੇਖੋ, ਉਹ ਇੰਨਾ ਗਿਰ ਗਿਆ ਕਿ 2 ਸਾਲ ਪਹਿਲੇ 4,000 ਰੁਪਏ ਮਿਲਿਆ ਸੀਗਾ ਪ੍ਰਤੀ ਕੁਇੰਟਲ, ਅੱਜ ਉਹ 1,200-1,300 ਰੁਪਏ ਕੁਇੰਟਲ, ਤਾਂ ਸਭ ਕੋਈ ਫਸਲ ਰਹਿ ਹੀ ਨਹੀਂ ਗਈ ਜਿਹਦੇ ਵਿੱਚ ਮਾਰ ਨਾ ਕਿਸਾਨ ਹਰ ਪਾਸੇ ਜੋ ਕਿਸਾਨ ਦਾ ਗਾਲ ਮਹੀਨੇ ਬਾਈ ਮਹੀਨੇ, ਮਤਲਬ ਇੱਕ ਮਹੀਨਾ, ਦੂਜਾ ਮਹੀਨਾ, ਤੀਜਾ ਮਹੀਨਾ, ਤੁਸੀਂ ਦੇਖੋ ਕਿਸ ਤਰ੍ਹਾਂ ਕਿਸਾਨ ਜਿੰਦਾ ਹੋਏਗਾ ਜਾਂ ਆਪਣਾ ਨਿਰਵਾਹ ਕਰਦਾ ਹੋਏਗਾ, ਇਹ ਸਮਝ ਨਹੀਂ ਆਉਂਦਾ। ਓਕੇ, ਇੰਦਰਜੀਤ, ਮੌਜੂਦਾ ਪ੍ਰਸਥਿਤੀ ਜਿੱਦਾਂ ਦਵਿੰਦਰ ਜੀ ਨੇ ਕਿਹਾ, ਤੁਸੀਂ ਕੀ ਕਮੈਂਟ ਕਰੋਗੇ? ਬਿਲਕੁਲ ਠੀਕ ਹੈ ਸਰ, ਲਗਾਤਾਰ ਇਹ ਸਰ ਨੇ ਤਾਂ 3 ਦੀ ਗੱਲ ਕੀਤੀ, ਮੈਂ ਤਾਂ ਕਿ ਉਸ ਤੋਂ ਇੱਕ ਫਸਲ ਹੋਰ ਪਿੱਛੇ ਜਾ ਰਿਹਾ। ਪਿਛਲੀ ਪੈੜੀ ਵੀ ਬਿਲਕੁਲ ਬਰਬਾਦ ਹੋਈ ਸੀ ਜਦੋਂ ਅਚਾਨਕ ਬਹੁਤ ਜ਼ਿਆਦਾ ਬਰਸਾਤ ਹੋਈ, ਅਤੇ ਬਿਲਕੁਲ ਜਦੋਂ ਪੱਕੀ ਹੋਈ ਸੀ ਉਦੋਂ ਪਹਿਲਾਂ ਸੋਕਾ ਪੈ ਗਿਆ, ਜਦੋਂ ਤੱਕ ਉਹਨਾਂ ਨੇ ਆਪਣੀ ਮਿਹਨਤ ਨਾਲ ਫਿਰ ਪਕਾ ਲਈ, ਕਿਸਾਨਾਂ ਨੇ ਜ਼ਿਆਦਾ ਖਰਚ ਕਰਕੇ ਡੀਜ਼ਲ ਬਾਲਿਆ, ਗਹਿਣੇ ਵੀ ਵੇਚਤੇ ਆਪਣੀ ਘਰ ਵਾਲੀਆਂ ਦੇ, ਸਭ ਕੁਝ ਕੀਤਾ, ਜਦੋਂ ਤੱਕ ਪੱਕੀ ਤਾਂ ਓਲੇ ਪੈ ਗਏ, ਫਿਰ ਬਰਬਾਦ ਹੋਈ ਉਦੋਂ ਜਦੋਂ ਪੱਕਣ ਦਾ ਸੀਜ਼ਨ ਆਉਂਦਾ। ਸੋ ਇਹ ਲਗਾਤਾਰ ਪਿਛਲੇ 1.5 ਸਾਲ ਦਾ ਜੋ ਕ੍ਰਾਈਸਿਸ 'ਚ 4 ਫਸਲਾਂ ਉਹਦੀਆਂ ਮਰੀਆਂ ਨੇ ਨਾ ਜੀ,
ਫਸਲ ਤਾਂ ਇੱਕੋ ਹੀ ਦਮ ਮਤਲਬ ਕਮਰ ਤੋੜ ਦਿੰਦੀ ਹੈ, ਪਰ ਤੁਸੀਂ ਦੇਖੋ ਚਾਰ ਟੁੱਟਣ ਨਾਲ ਬਿਲਕੁਲ ਕਿਸਾਨ ਤਬਾਹ ਹੋ ਗਿਆ। ਪਰ ਕਮਾਲ ਦੀ ਗੱਲ ਇਹ ਕਿ ਨਾ ਹਜੇ ਤੱਕ ਸੈਂਟਰ ਗੌਰਮੈਂਟ ਨੇ ਕੋਈ ਉਹਦਾ ਹੱਥ ਪੱਲਾ ਸੰਕਟ 'ਚ, ਕਿਉਂਕਿ ਸੰਕਟ ਦੀ ਘੜੀ ਹੈ। ਕਿਸਾਨ ਨੇ ਸਰਕਾਰ ਮਤਲਬ ਦੇਸ਼ ਦਾ ਹੱਥ ਉਦੋਂ ਫੜਿਆ ਸੀ ਜਦੋਂ ਬਹੁਤ ਸੰਕਟ ਸੀਗਾ ਸਾਡੇ, ਜੀ ਜੀ, ਪਰ ਉਹਦਾ ਹੱਥ ਸੰਕਟ 'ਚ ਕੋਈ ਨਹੀਂ ਪਕੜ ਰਿਹਾ। ਮੈਨੂੰ ਸਭ ਤੋਂ ਵੱਡੀ ਦਿੱਕਤ ਮੈਨੂੰ ਸਰਕਾਰਾਂ ਵੱਲੋਂ ਇਹ ਮਹਿਸੂਸ ਹੁੰਦੀ ਹੈ ਕਿ ਇਹ ਸੰਕਟ ਦੇ ਵਿੱਚ ਉਹਨਾਂ ਨੂੰ ਖੜਨਾ ਚਾਹੀਦਾ ਸੀ ਸਰਕਾਰ, ਚਾਹੇ 2 ਰੁਪਏ ਉਹਨੂੰ ਫਾਲਤੂ ਦੇਣੇ ਪੈਣ, ਕੋਈ ਕੁਛ ਵੀ ਦਿੰਦੇ ਤਾਂ ਸਾਨੂੰ ਖੜਨਾ ਚਾਹੀਦਾ ਸੀ ਜੀ ਜੀ। ਹਜੇ ਤੱਕ ਮੈਨੂੰ ਲੱਗਦਾ ਕਿ ਨਹੀਂ ਹੋ ਰਿਹਾ। ਬਿਲਕੁਲ ਬਿਲਕੁਲ ਸਹੀ ਹੈ ਦਵਿੰਦਰ ਜੀ, ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ, ਜੇ ਆਪਾਂ ਸੰਖੇਪ 'ਚ ਇਸ ਇਸ਼ੂ ਨੂੰ ਵੀ ਥੋੜ੍ਹਾ ਮੈਂ ਟੱਚ ਕਰਨਾ ਚਾਹਾਂਗਾ ਕਿ ਜਿੱਦਾਂ ਇਹਨਾਂ ਨੇ ਕਿਹਾ ਵੀ ਚਾਹੇ ਕੇਂਦਰ ਸਰਕਾਰ ਹੈ ਚਾਹੇ ਦੂਜੀਆਂ ਸਰਕਾਰਾਂ, ਉਹ ਇਸ ਮੌਕੇ 'ਤੇ ਨਾਲ ਨਹੀਂ ਖੜੀਆਂ। ਪੰਜਾਬ ਵਰਗੀ ਸਟੇਟ ਜੀ ਦਾ ਮੁੱਖ ਮੰਤਰੀ, ਆਪਾਂ ਜੇ ਕਹੀਏ ਕਿ ਉਹ ਹਰ ਵਾਰੀ ਕੇਂਦਰ ਦਾ ਜਾ ਕੇ ਬੂਹਾ ਖੜਕਾਉਂਦੇ ਹੈ ਕਿ ਪੰਜਾਬ ਲਈ ਸਪੈਸ਼ਲ ਪੈਕਜ ਦਿਓ, ਕਿਸਾਨਾਂ ਦੀ ਮਾੜੀ ਹਾਲਤ ਹੈ, ਨਾ ਕੇਂਦਰ ਅਤੇ ਨਾ ਪੰਜਾਬ ਜਿਹੜਾ ਹੈਗਾ। ਤੁਸੀਂ ਪਿਛਲੇ ਦਿਨਾਂ 'ਚ ਪੜ੍ਹਿਆ ਹੋਵੇਗਾ ਕਿ 12-12 ਰੁਪਏ ਤੱਕ ਦੇ ਚੈੱਕ ਵੀ ਫਾਰਮਰਸ ਨੂੰ ਦਿੱਤੇ ਗਏ ਹੈ, ਬਾਅਦ 'ਚ ਕਹਿੰਦੇ ਕਿ ਗਲਤੀ ਨਾਲ ਦਿੱਤੇ ਗਏ। ਦੇਖੋ ਜੀ, ਇੱਕ ਗੱਲ ਬੜੀ ਸਾਫ਼ ਜੋ ਇਹਨਾਂ ਨੇ ਕਹੀ ਹੈ ਸਿੰਘ ਸਾਹਿਬ ਨੇ, ਕਿ ਦੇਖੋ ਜੋ ਮਾਰ ਪਈ ਹੈ ਹਰ ਵਾਰੀ ਔਰ ਜੋ ਕਿਸਾਨ ਦੀ ਲੈਵਲ ਆ ਗਈ ਹੈ, ਅੱਜ ਇੱਕ ਸਿਚੁਏਸ਼ਨ ਇਹ ਆ ਚੁੱਕੀ ਹੈ ਕਿ ਜਿਹੜਾ ਕਿਸਾਨ ਜਿਸ ਤਰ੍ਹਾਂ ਕਹਿ ਰਹੇ ਸੀਗੇ ਇੱਕ ਟਾਈਮ ਦੇਸ਼ ਦੀ ਜਿਹੜੀ ਬਚਾਓ ਸੀਗਾ, ਬਲਕਿ ਪੰਜਾਬ ਦੇ ਕਿਸਾਨਾਂ ਨੇ ਉਹਦੀ ਬੜੀ ਬੜੀ ਜ਼ਬਰਦਸਤ ਭੂਮਿਕਾ ਸੀਗੀ, ਜਦ ਅਸੀਂ ਇੰਪੋਰਟ ਕਰ ਰਹੇ ਸੀ ਫੂਡ ਉੱਥੋਂ ਅਮੈਰੀਕਾ ਤੋਂ, ਯਾਦ ਹੋਏਗਾ 1965-66 ਵਿੱਚ ਜਦ ਹਰਿਤ ਕ੍ਰਾਂਤੀ ਸ਼ੁਰੂ ਹੋਈ ਹੈ, ਤਾਂ ਰਸਤਾ ਪੰਜਾਬ ਨੇ ਦਿਖਾਇਆ। ਅੱਜ ਉਹੀ ਪੰਜਾਬ ਦਾ ਕਿਸਾਨ ਜਿਹੜਾ ਹੈ ਸਰਕਾਰਾਂ ਉੱਪਰ ਬੋਝ ਬਣ ਚੁੱਕਿਆ। ਓਕੇ, ਹੁਣ ਸਰਕਾਰਾਂ ਚਾਹੁੰਦੀਆਂ ਇਸ ਬੋਝ ਨੂੰ ਜਿੰਨਾ ਜਲਦੀ ਉਤਾਰਿਆ ਹੈ ਉਨਾ ਜਲਦੀ ਅੱਛਾ ਹੋਏਗਾ, ਚਾਹੇ ਪੰਜਾਬ ਸਰਕਾਰ ਹੋ ਚਾਹੇ ਸੈਂਟਰਲ ਸਰਕਾਰ ਹੋ। ਉਹਨਾਂ ਦੀ ਕੋਸ਼ਿਸ਼ ਹੈ ਕਿ ਇਹਨਾਂ ਕੋਲ ਰਹਿ ਕੇ ਗਿਆ ਹੁਣ ਜ਼ਮੀਨ ਰਹਿ ਗਈ ਹੈ, ਇਹ ਜ਼ਮੀਨ ਵੀ ਹਥਿਆ ਲਓ, ਇਹ ਕਿਤੇ ਬਾਹਰ ਨਿਕਲਣ, ਇਹਨਾਂ ਨੂੰ ਤੁਸੀਂ ਸਕਿੱਲ ਕਰੋ ਜਾਂ ਜੋ ਵੀ ਕਰੋ, ਇਹ ਦਿਹਾੜੀ ਮਜ਼ਦੂਰ ਬਣਨ ਵਾਸਤੇ ਹੁਣ ਕਾਬਿਲ ਹੋ ਗਏ। ਬੇਸ਼ੱਕ ਸਾਡਾ ਇਹਦਾ ਮੁੱਦਾ ਨਹੀਂ, ਉਹ ਭੂਮੀ ਅਧਿਗ੍ਰਹਿਣ ਵਰਗੇ ਜਿਹੜੇ ਬਿੱਲ ਆ ਰਹੇ, ਸ਼ਾਇਦ ਇਸੇ ਡਾਇਰੈਕਸ਼ਨ ਵੱਲ ਨੂੰ ਹੈ ਕਿ ਇਹਨਾਂ ਦੀ ਜ਼ਮੀਨਾਂ ਲੈ ਲਓ, ਇਸੇ ਡਾਇਰੈਕਸ਼ਨ ਵਾਸਤੇ ਹੈਗਾ ਨਾ, ਕਿਉਂਕਿ ਤੁਹਾਨੂੰ ਹਰ ਜਗ੍ਹਾ ਹੀ ਕਹਿਣਾ ਵੀ ਹੈਗਾ ਕਿ ਵਰਲਡ ਬੈਂਕ ਨੇ ਸਾਨੂੰ 1996 ਵਿੱਚ ਕਹਿ ਦਿੱਤਾ ਸੀਗਾ ਕਿ ਤੁਸੀਂ 2015 ਤੱਕ 40 ਕਰੋੜ ਲੋਕ ਪਿੰਡਾਂ ਤੋਂ ਸ਼ਹਿਰ ਤੱਕ ਲੈ ਕੇ ਆਉਣੇ ਆ, ਤਾਂ ਹੁਣ ਉਹ ਕਹਿ ਰਹੇ ਜਲਦੀ ਕਰੋ, ਤੁਸੀਂ ਲੈਂਡ ਐਕੁਜੀਸ਼ਨ ਕਰੋ, ਤਾਂ ਲੈਂਡ ਐਕੁਜੀਸ਼ਨ ਵਿੱਚ ਸਾਨੂੰ ਸਭ ਸਰਕਾਰਾਂ ਲੱਗੀਆਂ ਹੋਈਆਂ। ਲੇਕਿਨ ਕਹਿਣ ਦਾ ਮਤਲਬ ਇਹ ਕਿ ਅੱਜ ਉਹ ਕਿਸਾਨ ਜਿਹੜਾ ਬੋਝ ਬਣ ਗਿਆ, ਤੁਸੀਂ ਦੇਖੋ ਇਸ ਸਾਲ ਦੇ ਵਿੱਚ ਇੰਪਲੋਈਜ਼ ਨੂੰ ਕੋਈ ਸਾਨੂੰ ਦਿੱਕਤ ਨਹੀਂ ਹੈ, ਲੇਕਿਨ ਦੇਖੋ ਜਿਹੜੀ ਡਿਸਕ੍ਰਿਮੀਨੇਸ਼ਨ ਨਜ਼ਰ ਆਉਂਦੀ ਹੈ, ਇੰਪਲੋਈਜ਼ ਨੇ ਪਹਿਲਾਂ ਤੁਸੀਂ 6% DA ਦਿੱਤਾ, ਐਗਜੈਕਟਲੀ, ਹਾਂਜੀ, ਉਹ ਦੋ DA ਹੋ ਗਏ, ਉਹ 6% DA ਜਿਹੜਾ ਹੈਗਾ ਉਹ 119% ਬਣ ਚੁੱਕਿਆ, ਲਿਮਿਟ 100% DA ਦੀ ਹੁੰਦੀ ਹੈ। ਜੀ ਦਵਿੰਦਰ ਜੀ, ਮੈਂ ਤੁਹਾਨੂੰ ਟੋਕ ਕੇ ਕਹਿ ਰਿਹਾ ਕਿ ਜੇ ਕੱਲ੍ਹ ਹੀ ਇਲੈਕਟ੍ਰੋਨਿਕ ਮੀਡੀਆ ਅਤੇ ਦੂਜੇ ਪ੍ਰਿੰਟ ਮੀਡੀਆ 'ਚ ਆ ਰਿਹਾ ਸੀ ਕਿ ਜਿਹੜਾ ਦੇਸ਼ ਦੇ ਕੇਂਦਰ ਪੱਧਰ ਦੇ ਜਿਹੜੇ ਮੁਲਾਜ਼ਮ ਹੈਗੇ ਆ ਉਹਨਾਂ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਅਗਲਾ ਉਹਨਾਂ ਲਈ ਜਿਹੜਾ ਹੈਗਾ, ਮੈਂ ਉਹੀ ਕਹਿਣ ਆ ਰਿਹਾ ਸੀਗਾ, ਪੈਟਰਨ ਆ ਰਿਹਾ, 7ਵਾਂ ਪੇ ਕਮਿਸ਼ਨ ਆ ਰਿਹਾ ਜੀ, 7ਵਾਂ ਪੇ ਕਮਿਸ਼ਨ ਜਨਵਰੀ ਤੋਂ ਲਾਗੂ ਹੋ ਜਾਏਗਾ। 7ਵੇਂ ਪੇ ਕਮਿਸ਼ਨ ਵਿੱਚ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਕਿ 30% ਤਾਂ ਬੇਸਿਕ ਸੈਲਰੀ ਬਣੇਗੀ ਉਹਨਾਂ ਦੀ, ਉਹਦੇ ਬਾਅਦ ਤੁਸੀਂ ਅਲਾਉਂਸਿਸ ਜਿਹੜੇ ਬਣਨਗੇ, ਔਰ ਇਹਦੇ ਨਾਲ ਤੁਸੀਂ 84 ਜਿਹੜੀ ਮਿਨੀਮਮ ਇਨਕਮ ਹੈ ਜਿਹੜੀ ਪ੍ਰਪੋਜ਼ ਕੀਤੀ ਗਈ ਹੈ 29,000 ਰੁਪਏ ਪਰ ਮੰਥ ਹੈ, ਸਾਡਾ ਪੰਜਾਬ ਦਾ ਕਿਸਾਨ 3,000 ਰੁਪਏ ਪਰ ਮੰਥ ਜਾਂ 3,000 ਰੁਪਏ ਉਹਦੀ ਇਨਕਮ ਹੈ ਦੋਨੋਂ ਚੋਣਾਂ ਔਰ ਕਣਕ ਲਾ ਕੇ, ਕਿੱਥੇ ਖੜਦਾ ਹੈ, ਕਿੱਥੇ ਖੜਦਾ। ਇਹਦੇ 'ਚ ਜੋ ਸਰਕਲ ਕਰ ਰਿਹਾ, ਮੈਂ ਥੋੜ੍ਹਾ ਜਿਹਾ ਮੇਰਾ ਇਸ ਇੱਕ ਇਨਪੁੱਟ ਹੀ ਹੈ ਉਹਦੇ ਵਿੱਚ। ਜੀ ਜੀ, ਤੁਸੀਂ ਦੇਖੋ ਸਰ, ਜਿਹੜੇ ਪਿੱਛੇ ਜਿੰਨੇ ਵੀ ਅੰਦੋਲਨ ਚੱਲੇ ਆ ਜਾਂ ਜੋ ਰੈਜ਼ਰਵੇਸ਼ਨ ਮੰਗ ਰਹੇ ਆ, ਓਕੇ, ਉਹ ਜਾਤੀਆਂ ਮੰਗ ਰਹੀਆਂ ਜਿਹੜੀਆਂ ਜਿਹਨੂੰ ਪਹਿਲਾਂ ਅਸੀਂ ਸੰਪੰਨ ਜਾਤੀਆਂ ਕਹਿੰਦੇ ਸੀ, ਚਾਹੇ ਉਹ ਜਾਟ ਹੋਣ, ਉਹਨਾਂ ਕੋਲ ਲੈਂਡ ਹੋਲਡਿੰਗ ਅੱਛੀ ਸੀ, ਉਹ ਮੰਗ ਰਹੇ ਆ ਕਿ ਸਾਨੂੰ ਪਟੇਲ, ਈਵਨ ਗੁਜਰਾਤ ਦੇ ਵਿੱਚ ਪਟੇਲ ਖੁਸ਼ਹਾਲ ਜਿਹੜੀ ਕਮਿਊਨਿਟੀ ਹੈ, ਸਭ ਤੋਂ ਖੁਸ਼ਹਾਲ, ਕਿਉਂਕਿ ਉਹ ਜੋ ਸਰਕਲ ਕਰ ਰਹੇ ਆ ਨਾ ਕਿ ਜਿਹੜੇ ਮਤਲਬ ਪਹਿਲਾਂ ਜਿਹਨਾਂ ਦੀ ਇਨਕਮਸ ਕੁਛ ਨਹੀਂ ਸੀ, ਜਿਵੇਂ ਚਪੜਾਸੀਆ ਸੀ, ਉਹ ਕਹਿੰਦੇ ਸੀ ਉਹਨਾਂ ਦੀ ਇਨਕਮ ਕੁਛ ਨਹੀਂ ਸੀ, ਉਹ ਇੱਥੇ ਸੀਗੇ, ਲੇਕਿਨ ਤੁਸੀਂ ਉਹ ਹੌਲੀ ਹੌਲੀ ਹੁਣ ਆਰਕਸ਼ਣ ਦੇ ਕੇ ਜਾਂ ਕਿਸੇ ਵੀ ਤਰੀਕੇ ਨਾਲ ਉਹਨੂੰ ਇੱਥੇ ਲਿਆਏ ਜੀ ਜੀ, ਪਰ ਜਿਹੜਾ ਕਿਸਾਨ ਆ ਉਹ ਡਾਊਨ ਹੀ ਜਾਈ ਜਾ ਰਿਹਾ, ਉਹਦਾ ਇਮਬੈਲੈਂਸ ਹੋ ਗਿਆ ਨਾ, ਉਹਦੇ ਕਰਕੇ ਹੀ ਤੁਸੀਂ ਚਾਹੇ ਪੰਜਾਬ 'ਤੇ, ਪੰਜਾਬ ਦੇ ਵੀ ਅੱਜ ਜੱਟ ਕਹਿਣ ਲੱਗੇ ਸਾਨੂੰ ਬੈਕਵਰਡ ਕਲਾਸ 'ਚ ਉਹ ਰੈਜ਼ਰਵੇਸ਼ਨ ਦਿਓ, ਜਾਟ ਵੀ ਜਾਟ ਤਾਂ ਕਹਿ ਹੀ ਰਹੇ ਆ, ਉਹਨਾਂ ਦੇ ਅੰਦੋਲਨ ਚੱਲ ਰਹੇ, ਗੁਰਜਰ ਅੰਦੋਲਨ ਚੱਲ ਰਹੇ ਔਰ ਉੱਧਰ ਪਟੇਲਾਂ ਦੇ ਅੰਦੋਲਨ ਚੱਲ ਰਹੇ, ਮਤਲਬ ਸਾਰੀਆਂ ਉਹ ਜਾਤੀਆਂ ਜਿਹੜੀਆਂ ਮਤਲਬ ਕਿਸਾਨੀ ਦੇ ਧੰਦੇ 'ਚ ਸੀਗੀਆਂ ਉਹ ਸਾਰੀਆਂ ਹੀ ਆਰਕਸ਼ਣ ਮੰਗਣ ਲੱਗ ਗਈਆਂ। ਇੰਦਵੀਰ, ਜਿਹੜੀ ਮੈਂ ਪੰਜਾਬ ਨਾਲ ਜੁੜੀ ਸੀ, ਤੁਸੀਂ ਜਰਨਲਿਸਟ ਜਿਹੜਾ ਹੁਣ ਵੀ ਡੇਲੀ ਕਵਰ ਕਰਦੇ ਹੋ, ਜਦੋਂ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ, ਪੰਜਾਬ ਦੇ ਵਿੱਚ ਬਾਲ ਸਾਹਿਬ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਹਿਤੈਸ਼ੀ ਹਾਂ, ਅਕਾਲੀ ਦਲ, BJP, ਪਿਛਲੇ 8 ਸਾਲ ਤੋਂ ਇਹਨਾਂ ਦੀ ਹੀ ਸਰਕਾਰ ਹੈਗੀ ਹੈ, ਕਿਸੇ ਨਾ ਕਿਸੇ ਤਰ੍ਹਾਂ ਲੱਗਦਾ ਕਿ ਪੰਜਾਬ ਸਰਕਾਰ ਵੀ ਜਿਹੜੀ ਹੈਗੀ ਹੈ ਇਹਨਾਂ ਨੀਤੀਆਂ 'ਚ ਉਹਨਾਂ ਦੀ ਵੀ ਕਤਾਹੀ ਹੈ, ਜੋ ਹਾਲਤ ਬਣੀ ਹੈ ਪੰਜਾਬ ਗੌਰਮੈਂਟ। ਮੈਨੂੰ ਲੱਗਦਾ ਕਿ ਜੋ ਇੱਕ ਸਾਡਾ ਸਟੈਗਨੇਸ਼ਨ ਪੁਆਇੰਟ ਆ ਗਿਆ ਸੀ ਨਾ, ਜਿਸ ਲੈਵਲ 'ਤੇ ਐਗਰੀਕਲਚਰ ਸਾਡੀ ਆ ਗਈ ਹੈ, ਉਸ ਤੋਂ ਡਾਈਵਰਸੀਫਾਈ ਨਹੀਂ ਹੋ ਪਾਈ, ਮਤਲਬ ਜੋ ਹੌਲੀ ਹੌਲੀ ਉਹਨੂੰ ਕਰਨਾ ਚਾਹੀਦਾ ਸੀਗਾ, ਚਾਹੇ ਉਹ ਜ਼ੋਨਿੰਗ ਕਰਕੇ ਕਰਦੇ ਵੀ ਜ਼ੋਨ ਬਣਾ ਲੈਂਦੇ ਕਿ ਇਸ ਜ਼ੋਨ 'ਚ ਇਹੀ ਫਸਲ ਹੋਏਗੀ ਜਾਂ ਉਸ ਜ਼ੋਨ 'ਚ ਉਹ ਫਸਲ ਹੋਏਗੀ, ਇਸ ਜ਼ੋਨ
ਉਹ ਜਿਹੜੀ ਜ਼ੋਨਿੰਗ ਲਈ ਫਿਰ ਮਾਰਕੀਟਿੰਗ ਕਿਉਂਕਿ ਬਹੁਤ ਜ਼ਰੂਰੀ ਹੈ। ਓਕੇ ਓਕੇ, ਉਹ ਵੀ ਉਸ 'ਤੇ ਵੀ ਕੁਛ ਨਹੀਂ ਹੋਇਆ। ਓਕੇ ਓਕੇ, ਅਸੀਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਮੈਂ ਦਵਿੰਦਰ ਭਾਅ ਜੀ ਇੱਕ ਬੜਾ ਇਸ ਅਹਿਮ ਮੁੱਦੇ 'ਤੇ ਤੁਹਾਡੇ ਨਾਲ ਚਰਚਾ 'ਚ ਆਉਣਾ ਚਾਹੁੰਦਾ, ਉਹ ਹੈ ਕਿ ਜਿੱਦਾਂ ਦੇ ਹਾਲਾਤ ਬਣੇ ਹੈ, ਆਪਾਂ ਇਸ 'ਤੇ ਕਮੈਂਟ ਵੀ ਕਰ ਰਹੇ ਹਾਂ ਕਿ ਜੋ ਖੁਦਕੁਸ਼ੀਆਂ ਹੈਗੀਆਂ, ਆਏ ਦਿਨ ਤੁਸੀਂ ਪੜ੍ਹਦੇ ਹੋ ਕਿ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਜੇ ਇੱਕ ਦਿਨ ਨਹੀਂ ਕਰਦਾ ਤਾਂ ਅਗਲੇ ਦਿਨ ਦੋ ਖੁਦਕੁਸ਼ੀਆਂ ਹੋਈਆਂ ਹੁੰਦੀਆਂ, ਇਹ ਜਿਹੜੀ ਤ੍ਰਾਸਦੀ ਬਣੀ ਹੈ ਖੁਦਕੁਸ਼ੀਆਂ ਵਾਲੀ, ਇਹਦੇ ਬਾਰੇ ਅਸੀਂ ਦਰਸ਼ਕਾਂ ਲਈ ਜ਼ਰੂਰ ਜਾਣਨਾ ਚਾਹਾਂਗੇ। ਦੇਖੋ ਜੀ, ਪੰਜਾਬ, ਮੈਂ ਤੁਹਾਨੂੰ ਪਹਿਲੇ ਕਿਹਾ ਸੀਗਾ ਕਿ ਪੰਜਾਬ ਅੱਜ ਕੇ ਹੋਟਸਪੋਟ ਕੰਟਰੀ ਵਿੱਚ ਬਣ ਚੁੱਕਿਆ ਹੈ ਸੁਸਾਈਡਸ ਦਾ, ਔਰ ਸੁਸਾਈਡ ਦਾ ਰੇਟ, ਹਾਲਾਂਕਿ ਤਿੰਨੋਂ ਯੂਨੀਵਰਸਿਟੀਆਂ ਨੇ ਜਿਹੜੇ ਐਨਾਲਿਸਿਸ ਕੀਤੇ ਉਹ ਕਹਿੰਦੇ ਕਿ ਦੋ ਸੁਸਾਈਡ ਪਰ ਡੇ ਕਹਿੰਦੇ ਆ, ਉਹ ਪਿਛਲੇ 10 ਸਾਲ ਦਾ ਆਂਕੜਾ ਉਹਨਾਂ ਦਾ ਕਹਿੰਦਾ। ਲੇਕਿਨ ਮੇਰਾ ਮੰਨਣਾ ਕਿ ਇਸ ਸਾਲ ਸ਼ਾਇਦ ਰਿਕਾਰਡ ਸਾਰੇ ਟੁੱਟ ਗਏ, ਕਿਉਂਕਿ ਇਸ ਸਾਲ ਇੰਨੀ ਸੁਸਾਈਡਸ ਹੋਈਆਂ ਕਿ ਮੈਨੂੰ ਨੇ ਆਪਣੀ ਯਾਦ ਕਿ ਪਿਛਲੇ 4-5 ਸਾਲ ਵਿੱਚ ਇੰਨੀ ਸੁਸਾਈਡਸ ਮੈਂ ਦੇਖੀਆਂ ਹੋਣਗੀਆਂ, ਔਰ ਇੰਨੀ ਸੁਸਾਈਡਸ ਹੋਈਆਂ ਔਰ ਲਗਾਤਾਰ 2-3-4-5 ਰੋਜ਼ਾਨਾ ਹੋ ਰਹੀਆਂ। ਓਕੇ ਦਵਿੰਦਰ ਜੀ, ਜੀ ਬੜਾ ਨਾਜ਼ੁਕ ਅਤੇ ਅਹਿਮ ਮੁੱਦਾ ਹੈਗਾ, ਮੇਰੀ ਮਜ਼ਬੂਰੀ ਆ, ਹੁਣ ਵਕਤ ਹੈ ਕਿ ਛੋਟੇ ਜਿਹੇ ਬ੍ਰੇਕ ਦਾ, ਅਸੀਂ ਆਪਣੇ ਮਹਿਮਾਨਾਂ ਦੇ ਨਾਲ ਕਿਸਾਨਾਂ ਦੀ ਸਥਿਤੀ ਦੇ ਉੱਤੇ ਕਿਉਂ ਵਾਪਰ ਰਿਹਾ, ਕਿੱਦਾਂ ਹੋ ਰਿਹਾ, ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਚਰਚਾ ਜਾਰੀ ਰੱਖਾਂਗੇ, ਪਰ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ। ਗਲੋਬਲ ਪੰਜਾਬ ਟੀ ਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਦਵਿੰਦਰ ਜੀ, ਬ੍ਰੇਕ ਤੋਂ ਪਹਿਲਾਂ ਆਪਾਂ ਇਸ ਮੁੱਦੇ 'ਤੇ ਚਰਚਾ ਕਰ ਰਹੇ ਸੀ ਕਿ ਖੁਦਕੁਸ਼ੀਆਂ, ਜਿੱਦਾਂ ਪੰਜਾਬ ਦੇ 'ਚ ਆਏ ਦਿਨ ਕਿਸਾਨ ਮਰ ਰਿਹਾ, ਅਸੀਂ ਆਪਣੇ ਦਰਸ਼ਕਾਂ ਲਈ ਇਸ ਮੁੱਦੇ 'ਤੇ ਥੋੜ੍ਹਾ ਵਿਸਥਾਰ 'ਚ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਆਖਰ ਕਿਹੜੀਆਂ ਪ੍ਰਸਥਿਤੀਆਂ ਇਹੋ ਜਿਹੀਆਂ ਬਣ ਗਈਆਂ। ਦੇਖੋ ਜੀ, ਖੁਦਕੁਸ਼ੀ ਕਿਸਾਨ ਤਾਂ ਹੀ ਕਰਦਾ ਜਾਂ ਕੋਈ ਵੀ ਆਦਮੀ ਤਾਂ ਕਰਦਾ ਜਾਂ ਉਹਦੇ ਹੱਥ ਕਮਜ਼ੋਰ ਹੋਣ ਜਾਂ ਉਹਦੇ ਕੋਲ ਜਿਹੜਾ ਕਹਿੰਦੇ ਨਾ ਚਾਦਰ ਪੂਰੀ ਨਾ ਹੋਏ, ਉਹ ਆਪਣੇ ਸੁਸਾਈਡ ਕਰੇਗਾ। ਔਰ ਸੁਸਾਈਡ ਕਰਨ ਦਾ ਸਾਡੇ ਇੱਥੇ ਸੋਚ ਇੱਕ ਆ ਚੁੱਕੀ ਹੈ, ਮੇਰਾ ਮੰਨਣਾ ਕਿ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਕਾਰਨ ਹੈ ਉਹਦਾ, ਉਹ ਹੈ ਕਿ ਕਿਸਾਨ ਨੂੰ ਕਰਜ਼ਾ ਹੋਰ ਦੇ ਦਿਓ। ਜਿਹੜਾ ਕਿਸਾਨ ਪਹਿਲੇ ਹੀ ਕਰਜ਼ੇ 'ਚ ਡੁੱਬਿਆ ਹੋਇਆ, ਤੁਸੀਂ ਉਹਨੂੰ ਹੋਰ ਕਰਜ਼ਾ ਦੇ ਦਿਓ। ਕਿਸਾਨ ਕੀ ਕਰਦਾ ਕਿ ਉਹਨੇ ਕਿਸਾਨ ਕ੍ਰੈਡਿਟ ਕਾਰਡ ਤੋਂ ਪੈਸਾ ਲਿਆ, ਉਹ ਨਹੀਂ ਰੀਪੇ ਕਰ ਪਾਇਆ ਤਾਂ ਦੂਜੇ ਬੈਂਕ ਕੋਲ ਚਲਾ ਗਿਆ, ਉੱਧਰੋਂ ਨਹੀਂ ਰੀਪੇ ਕਰ ਪਾਇਆ ਤਾਂ ਕੋਆਪਰੇਟਿਵ ਬੈਂਕ ਕੋਲ ਚਲਾ ਗਿਆ, ਉੱਥੋਂ ਨੂੰ ਕਿਹਾ ਚਲਾ ਗਿਆ ਆੜ੍ਹਤੀ ਕੋਲ ਚਲਾ ਗਿਆ। ਕਹਿਣ ਦਾ ਮਤਲਬ ਹੈ ਕਿ ਇੱਕ ਲੋਨ ਨੂੰ ਪੇ ਕਰਨ ਵਾਸਤੇ ਉਹ ਪੂਰਾ ਸਾਈਕਲ ਜਿਹੜਾ ਹੈਗਾ ਉਹ ਚੱਕਰ 'ਚ ਪੈ ਗਿਆ। ਇਹ ਕਾਰਨ ਇਹਦਾ ਹੈਗਾ ਕਿ ਵੀ ਅਸੀਂ ਲੋਕ ਕਹਿੰਦੇ ਹਾਂ ਕਿ ਵੀ ਕੋਈ ਕਹਿੰਦਾ ਸੋਇਲ 'ਚ ਪ੍ਰੋਬਲਮ ਹੈਗੀ, ਉਹਨੂੰ ਇੰਪਰੂਵ ਕੀਤਾ ਜਾਏ, ਕੋਈ ਕਹਿੰਦਾ ਪ੍ਰੋਡਕਟੀਵਿਟੀ ਬੜਾਈ ਜਾਏ, ਕੋਈ ਕਹਿੰਦੇ ਕਿ ਮਸ਼ੀਨਾਂ ਆਉਣਗੀਆਂ ਜ਼ਿਆਦਾ ਹੋਣਗੀਆਂ, ਕੋਈ ਕਹਿੰਦਾ ਇਰੀਗੇਸ਼ਨ ਦੀ ਕਮੀ ਹੈ, ਹਾਲਾਂਕਿ ਪੰਜਾਬ 'ਤੇ 99% ਇਰੀਗੇਸ਼ਨ ਹੈਗੀ ਹੈ, ਉਹਦੇ ਬਾਵਜੂਦ ਵੀ ਸੁਸਾਈਡਸ ਹੋ ਰਹੀਆਂ। ਲੇਕਿਨ ਮੇਰਾ ਇਹ ਮੰਨਣਾ ਹੈ ਕਿ ਵੀ ਇਹ ਸਾਰੇ ਕਾਰਨ ਜਿਹੜੇ ਹੈਗੇ ਆਪਣੀ ਜਗ੍ਹਾ 'ਤੇ ਠੀਕ ਹੋਣਗੇ, ਲੇਕਿਨ ਮੇਨ ਕਾਰਨ ਇਹ ਹੈ ਕਿ ਕਿਸਾਨ ਨੂੰ ਅਸੀਂ ਡੈਲੀਬਰੇਟਲੀ ਇੰਪਾਵਰਿਸ਼ ਕਰ ਰਹੇ ਹਾਂ, ਯਾਨੀ ਉਹਨੂੰ ਇਨਕਮ ਹੀ ਦੇ ਰਹੇ ਹਾਂ। ਵੈਸੇ ਦਵਿੰਦਰ ਜੀ, ਇਨਕਮ ਤੁਸੀਂ ਦੇਖੋ ਨਾ, ਮੇਰੀ ਗੱਲ ਇੱਕ ਮਿੰਟ ਜਿਹੜਾ 1450 ਰੁਪਏ ਪਰ ਕੁਇੰਟਲ ਸਰ ਪ੍ਰਾਈਸ ਹੈ ਇਹਦਾ ਗੇਹੂੰ ਦਾ, ਹੁਣ ਝੋਨੇ ਦਾ ਵੀ ਉਨਾ ਹੋ ਗਿਆ 1450 ਰੁਪਏ। 1450 ਰੁਪਏ ਪਿਛਲੇ ਸਾਲ 1400 ਰੁਪਏ ਸੀਗਾ, ਤੁਸੀਂ 50 ਰੁਪਏ ਪ੍ਰਤੀ ਕੁਇੰਟਲ ਬਣਾਇਆ ਹੈਗਾ, 50 ਰੁਪਏ ਕੁਇੰਟਲ ਤੁਸੀਂ ਬਣਾਇਆ ਹੈਗਾ, ਮਤਲਬ 3.2% ਬਣਦਾ ਹੈਗਾ, ਬੜੋਤਰੀ ਹੋਈ ਹੈ। ਤੁਸੀਂ DA ਦਿੰਦੇ ਹੋ 6% 'ਤੇ, ਹਾਂਜੀ, ਔਰ ਤੁਸੀਂ ਹਰ ਸਾਲ ਇੰਕਰੀਮੈਂਟ ਦਿੰਦੇ ਹੋ ਇੰਪਲੋਈ ਨੂੰ, 10% ਉਹ ਹੁੰਦੀ ਹੈਗੀ ਹੈ, ਤਾਂ ਉਹਨਾਂ ਨੂੰ ਤੁਸੀਂ ਦੇ ਜਾਂਦੇ ਹੋ, ਉਹ ਫਿਰ ਉਹ ਕਹਿੰਦੇ ਕਿ ਕਿਸਾਨ ਇਸ ਕਰਕੇ ਅਨਵਾਇਬਲ ਹੈ ਕਿਉਂਕਿ ਨਹੀਂ ਕੰਮ ਕਰਦਾ, ਕਿਉਂਕਿ ਸ਼ਾਇਦ ਉਹ ਅਨਪ੍ਰੋਡਕਟਿਵ ਹੈ ਜਾਂ ਨਿਕੰਮਾ ਹੈ, ਇਹ ਅਸੀਂ ਕਹਿੰਦੇ ਹਾਂ। ਲੇਕਿਨ ਸੱਚਾਈ ਹੈ ਕਿ ਅਸੀਂ ਉਹਨੂੰ ਜ਼ਬਰਦਸਤੀ ਮਾਰ ਰਹੇ ਹਾਂ, ਜ਼ਬਰਦਸਤੀ ਉਹਨੂੰ ਇੱਕ ਡਿਪਰੈਸ ਕਰਦੇ ਹਾਂ ਇਸ ਇਨਕਮ 'ਤੇ, ਉਹ ਕੀ ਕਰੇਗਾ ਵਿਚਾਰਾ, ਮਰੇਗਾ। ਤੁਸੀਂ ਪੰਜਾਬ ਦੀ ਹਾਲਤ ਇੱਕ ਤੁਹਾਨੂੰ ਦੱਸਣਾ ਚਾਹਾਂਗਾ ਕਿ ਕਮਿਸ਼ਨ ਫਾਰ ਐਗਰੀਕਲਚਰ ਕੋਸਟ ਐਂਡ ਪ੍ਰਾਈਸਿਸ ਦੀ ਰਿਪੋਰਟ ਹੈ, ਓਕੇ, ਲੇਟੈਸਟ ਰਿਪੋਰਟ ਕਹਿੰਦੀ ਹੈ, ਉਹਦੇ ਵਿੱਚ ਅੱਛੇ ਅੰਕੜੇ ਹੁੰਦੇ ਆ, ਸਭ ਤੋਂ ਬੈਸਟ ਅੰਕੜੇ ਅਸੀਂ ਉਹੀ ਮੰਨਦੇ ਹਾਂ, ਰਿਲਾਇਬਲ, ਠੀਕ ਹੈ ਜੀ ਜੀ। ਉਹ ਕਹਿੰਦੇ ਆ ਕਿ ਵੀ ਸਾਲ ਵਿੱਚ ਪੰਜਾਬ ਦੇ ਇੱਕ ਹੈਕਟੇਅਰ 'ਚੋਂ ਕਿਸਾਨ ਜਿਹੜਾ ਹੈਗਾ 18,500 ਰੁਪਏ ਕਮਾਉਂਦਾ ਹੈਗਾ ਕਣਕ 'ਚੋਂ ਇੱਕ ਸਾਲ ਵਿੱਚ। ਓਕੇ, ਇਹ ਮਤਲਬ ਕੀ ਹੋਇਆ ਕਿ 6 ਮਹੀਨੇ ਦੀ ਕ੍ਰੋਪ ਹੈ, ਤਾਂ 6 ਮਹੀਨੇ ਤੁਸੀਂ ਦੇਖ ਲਓ ਕਿੰਨੇ ਪੈਸੇ ਆਏ ਉਹਦੇ। ਦੂਜੀ ਰਾਈਸ ਹੈ, ਝੋਨੇ 'ਚ 17,500 ਦੇ ਆਸ ਪਾਸ ਹੈ, ਇਹਦਾ ਮਤਲਬ ਦੋਨੋਂ ਮਿਲਾ ਕੇ 36,000 ਹੋ ਗਏ। 36,000 ਸਾਲ ਦੀ ਹੈ ਇਨਕਮ, ਨੈੱਟ ਇਨਕਮ ਕਹਿ ਰਹੇ ਹੋ, ਤਾਂ ਇਹ ਮਤਲਬ ਕਿ ਮਹੀਨੇ ਦੀ 12 ਮਹੀਨੇ ਹੈਗੇ ਹੈ 3,000 ਰੁਪਏ। ਤੁਸੀਂ ਮੈਨੂੰ ਦੱਸੋ, ਜਿਸ ਕਿਸਾਨ ਦੀ 3,000 ਰੁਪਏ ਪਰਿਵਾਰ ਦੀ ਇਨਕਮ ਕਿਸ ਤਰ੍ਹਾਂ ਗੁਜ਼ਾਰਾ ਹੋਏਗਾ? ਬਿਲਕੁਲ ਸਹੀ ਹੈ, ਅਸੀਂ ਜਾਣ ਕੇ ਮਾਰ ਰਹੇ ਹਾਂ, ਸਭ ਨੂੰ ਪਤਾ। ਓਕੇ ਦਵਿੰਦਰ ਜੀ, ਮੈਂ ਜੋ ਤੁਸੀਂ ਸਿਚੁਏਸ਼ਨ ਦੀ ਗੱਲ ਕਰਦੇ ਹਾਂ, ਮੈਂ ਉਹਨਾਂ ਇੰਦਰਪ੍ਰੀਤ ਜੀ ਤੁਹਾਡੇ ਵੱਲ, ਮੈਂ ਹਲਕਾ ਜਿਹਾ ਇਹ ਵੀ ਜਾਣਨਾ ਚਾਹਾਂਗਾ ਕਿ ਸ਼ਾਇਦ ਪਿਛਲੇ ਦਿਨਾਂ 'ਚ ਪਾਰਲੀਮੈਂਟ ਅੰਦਰ ਜਿਹੜੀ ਰਿਪੋਰਟ ਪੇਸ਼ ਹੋਈ ਹੈ ਕਿ 2.5 ਲੱਖ ਤੋਂ ਉੱਪਰ ਦੇ ਕੌਮੀ ਪੱਧਰ 'ਤੇ ਜਿਹੜੇ ਹੁਣ ਤੱਕ ਜਿਹੜੇ ਕਿਸਾਨ ਹੈ ਉਹ ਸੁਈਸਾਈਡ ਕਰ ਚੁੱਕੇ, ਇਹਦਾ ਮਤਲਬ ਕੌਮੀ ਪੱਧਰ 'ਤੇ ਵੀ ਕਿਤੇ ਨਾ ਕਿਤੇ ਜਿਹੜੀਆਂ ਹੈਗੀਆਂ ਪੋਲਿਸੀਜ਼ ਹੈਗੀਆਂ ਉਹ ਫਾਰਮਰ ਨੂੰ ਸਿੱਧੇ ਤੌਰ 'ਤੇ ਹਿੱਟ ਕਰ। ਸੇਮ ਪੋਲਿਸੀਜ਼ ਹੈ ਜੀ, ਦੇਖੋ 3,05,000 ਕਿਸਾਨ ਪਿਛਲੇ 20 ਸਾਲਾਂ 'ਚ ਆਤਮ ਹੱਤਿਆ ਕੀਤੀ ਹੈ ਆਫਿਸ਼ੀਅਲੀ, ਹਾਲਾਂਕਿ ਮੇਰਾ ਮੰਨਣਾ ਕਿ 20 ਸਾਲ ਦੀ ਫਿਗਰ ਹੈ, ਬੜੀ ਅੰਡਰਐਸਟੀਮੇਟ ਕੀਤੀ ਗਈ, ਹੁਣ ਕੋਸ਼ਿਸ਼ ਹੋ ਰਹੀ ਹੈ, ਹਰ ਸਟੇਟ ਚਾਹੁੰਦੀ ਹੈ ਕਿ ਨਾ ਦਿਖਾਇਆ ਜਾਏ ਕਿੰਨੇ ਆਤਮ ਹੱਤਿਆ ਹੋਈ ਹੈ। ਜੀ ਜੀ ਜੀ, ਛੱਤੀਸਗੜ੍ਹ ਨੇ 0 ਦਿਖਾਤਾ ਸੀਗਾ, ਹੁਣ ਇਸ ਵਾਰ 700 ਹੋ ਗਏ, ਹਾਂਜੀ, ਇਹ ਪਿਛਲੇ ਸਾਲ 0 ਸੀਗਾ ਹੁਣ 700 ਹੋ ਗਏ, ਅਤੇ ਮਤਲਬ ਸੁਣ ਸਾਫ਼
ਲੈਂਦਾ ਕਿ ਬਈ ਹਰ ਇੱਕ ਦੀ ਕੋਸ਼ਿਸ਼ ਹੈ ਕਿ ਅਲੱਗ ਅਲੱਗ ਕਾਰਨ ਦਿਖਾ ਕੇ ਬਈ ਇਹ ਪੇਟ ਦਰਦ ਹੋਇਆ ਸੀ ਤਾਂ ਮਰਿਆ ਸੀਗਾ, ਇਹਦੇ ਲਵ ਅਫੇਅਰ ਸੀਗਾ, ਇਹ ਸਾਰੀ ਗੱਲਾਂ ਹੈਗੀਆਂ ਕੌਮੀ ਪੱਧਰ ਤੇ ਵੀ ਸਥਿਤੀ ਜਿਹੜੀ ਕੋਈ ਬਹੁਤੀ ਬਿਹਤਰ ਨਹੀਂ ਹੈ। ਦੇਖੋ ਨਾ ਕਿ ਜੇ ਇਸ ਵਾਰ ਤੁਸੀਂ ਮਰਾਠਵਾੜਾ ਦੇਖੋ, ਇੱਕ ਸਭ ਤੋਂ ਬੜੀ ਗੱਲ ਦੇਖੋ ਕਿ ਜਿਹੜਾ ਅੰਨਦਾਤਾ ਦੇਸ਼ ਦਾ ਹੈਗਾ ਉਹਦੇ ਪਿੱਛੇ ਇਹਨਾਂ ਦੀ ਅਖਬਾਰ ਜਿਹੜੀ ਹੈਗੀ ਹੈ ਦੈਨਿਕ ਭਾਸਕਰ, ਉਹ ਇੱਕ ਕੈਂਪੇਨ ਚਲਾ ਰਹੀ ਹੈ ਪਿਛਲੇ 5 ਦਿਨ ਹੋ ਗਏ ਕਿ ਅੰਨਦਾਤਾ ਵਾਸਤੇ ਅੰਨਦਾਨ ਕਰੋ। ਕਿੰਨੀ ਸਿਚੁਏਸ਼ਨ ਖਰਾਬ ਹੋਏਗੀ, ਮਰਾਠਵਾੜਾ ਜਿਹੜਾ ਇਲਾਕਾ ਹੈਗਾ ਮਹਾਰਾਸ਼ਟਰ ਦੇ, ਉੱਥੇ ਇੰਨੇ ਸਾਲੋਂ ਸੁੱਖਾ ਪੈ ਰਿਹਾ, ਉਹਨਾਂ ਕਿਸਾਨ ਦੀ ਕੀ ਹਾਲਤ ਹੋਏਗੀ। ਇਹਨਾਂ ਦੀ ਅਖਬਾਰ ਨੇ ਪਿਛਲੇ 5 ਸਾਲ ਵਿੱਚ 5 ਦਿਨਾਂ ਵਿੱਚ ਨਾ 57 ਟਨ ਅਨਾਜ ਇਕੱਠਾ ਕੀਤਾ ਹੈ ਉਹਨਾਂ ਨੂੰ ਦੇਣ ਵਾਸਤੇ। ਸਥਿਤੀ ਜਿਹੜੀ ਇੱਕ ਚੰਗਾ ਉਪਰਾਲਾ, ਇਹਦੇ ਵੀ ਤੁਸੀਂ ਜਿਸ ਮੁੱਦੇ 'ਤੇ ਗੱਲ ਕਰਨਾ ਚਾਹੁੰਦੇ ਹੋ, ਤੁਸੀਂ ਆਪਣੀ ਗੱਲ ਵੀ ਮੈਂ ਨਾਲ ਇਹ ਵੀ ਗੱਲ ਜੋੜ ਕੇ ਰੱਖਣੀ ਚਾਹੁੰਦਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਨਾ ਸੁਣਿਆ ਸੀ ਅਤੇ ਨਾ ਕਿਧਰੇ ਪੜ੍ਹਿਆ ਕਿ ਇਸ ਤਰ੍ਹਾਂ ਕਿਸਾਨ ਖੁਦਕੁਸ਼ੀਆਂ ਕਰ ਰਿਹਾ। ਪਿਛਲੇ 60 ਸਾਲਾਂ ਦੇ ਅੰਦਰ ਜਦੋਂ ਅਸੀਂ ਵਿਕਾਸ ਦੀ ਗੱਲ ਕਰਦੇ ਹਾਂ, ਫਿਰ ਇਹ ਵਿਕਾਸ ਹੈ ਜਾਂ ਕਿਸਾਨ ਦਾ ਨਾਸ਼ ਹੋਇਆ ਜੋ ਕੁਝ ਹੋ ਰਿਹਾ? ਬਿਲਕੁਲ, ਇਹ ਤਾਂ ਵਿਨਾਸ਼ ਹੀ ਹੈ ਇਹਦੇ 'ਚ, ਵਿਕਾਸ ਤਾਂ। ਮੈਂ ਸਰ ਨਾਲ ਉਹ ਜਿਹੜੀ ਸਰ ਨੇ ਗੱਲ ਕੀਤੀ ਸੀ ਕਿ CAPCP ਵਾਲੀ, CAPCP ਦੀਆਂ ਜੋ ਟਰਮਸ ਕੰਡੀਸ਼ਨ ਨੇ, ਟਰਮਸ ਰੈਫਰੈਂਸ ਨੇ, ਤੁਸੀਂ ਦੇਖੋ ਸਰ, ਉਹਨਾਂ ਦੇ ਆਧਾਰ 'ਤੇ ਉਹ ਇੱਕ ਫਸਲ ਦਾ ਕੋਸਟ ਕੱਢਦੇ ਆ, ਪਰ ਉਹ ਇੱਕ ਵੀ ਟਰਮ ਐਂਡ ਕੰਡੀਸ਼ਨ ਇੱਦਾਂ ਦੀ ਨਹੀਂ ਹੈ ਜਿਹੜੀ ਕਿਸਾਨ ਦੇ ਹੱਕ 'ਚ ਹੋਏ। ਉਹ 'ਚ ਹੈ ਕਿ ਸਾਡੀ ਇੰਡਸਟਰੀ ਦਾ ਸਟਰਕਚਰ ਨੂੰ ਨੁਕਸਾਨ ਨਾ ਹੋਏ, ਮਹਿੰਗਾਈ ਨਾ ਵਧੇ, ਐਕਸਪੋਰਟ ਇੰਪੋਰਟ ਨੂੰ ਨੁਕਸਾਨ ਨਾ ਪਹੁੰਚੇ। ਮਤਲਬ ਇਹਦਾ ਕਿਸਾਨਾਂ ਨਾਲ ਕੀ ਸਰਕਾਰ ਹੈ? ਕਿਸਾਨਾਂ ਨਾਲ ਤਾਂ ਕੋਈ ਸਰਕਾਰ ਨਹੀਂ, ਕਿਸਾਨ ਨੂੰ ਤਾਂ ਤੁਸੀਂ ਦੇਖੋ ਵੀ ਉਹਦੀ ਕੋਸਟ ਕਿੰਨੀ ਆਈ ਹੈ ਔਰ ਉਹਦੀ ਉਹਨੂੰ ਅਸੀਂ ਦੇਣਾ ਕਿੰਨਾ। ਇੱਕ ਮੈਨੂੰ ਕਿਸੇ ਨੇ ਦੱਸਿਆ, ਮੈਨੂੰ ਹੁਣ ਪਤਾ ਨਹੀਂ ਕਿ ਉਹ ਕਿੰਨਾ ਕੁ ਠੀਕ ਹੈ, ਸਾਨੂੰ ਜ਼ਿਆਦਾ ਜਾਣਕਾਰੀ ਹੋਏਗੀ, ਕਿ ਕਮਿਸ਼ਨ ਯੂਨੀਵਰਸਿਟੀਆਂ ਨੂੰ ਇਹ ਇੱਕ ਉਹ ਦਿੰਦੇ ਆ, ਪ੍ਰੋਜੈਕਟ ਦਿੰਦੇ ਆ ਕਿ ਤੁਸੀਂ ਕਿਸਾਨਾਂ ਦੇ ਖੇਤ ਲੈਣੇ ਹੈ, ਉਸ 'ਤੇ ਡੇਲੀ ਉਹਦਾ ਨੋਟ ਕਰਨਾ ਕਿ ਡੇਲੀ ਦਾ ਉਹਨੇ ਕੀ ਖਰਚ ਕੀਤਾ, ਕੀ ਉਹਨੇ ਪਾਇਆ, ਕੀ ਜੋ ਵੀ ਆ, ਉਹ ਸਾਰਾ ਨੋਟਿੰਗ ਕਰਨੀ ਹੈ ਜੀ, ਜਿਸ ਦੇ ਆਧਾਰ 'ਤੇ ਪਤਾ ਲੱਗੇ ਕਿ ਸਾਨੂੰ ਕਿਸਾਨ ਨੇ ਕਿੰਨਾ ਖਰਚ ਕੀਤਾ। ਉਹ ਇਹ ਕਿਤੇ ਹੋ ਹੀ ਨਹੀਂ ਰਿਹਾ, ਉਹ ਮਤਲਬ ਘਰੇ ਬੈਠੇ ਫਿਗਰਾਂ ਭਰੀ ਜਾ ਰਹੇ ਆ, ਮਤਲਬ ਜੋ ਮਨ 'ਚ ਆਇਆ ਭਰ ਕੇ ਉੱਥੇ ਦੇ ਦਿੱਤੀ। ਫਿਰ ਚਲੋ ਜੇ ਤੁਸੀਂ ਯੂਨੀਵਰਸਿਟੀਆਂ ਤੋਂ ਹੀ ਲੈਣਾ, ਫਿਰ ਯੂਨੀਵਰਸਿਟੀ ਨੂੰ ਤਾਂ ਕਿ 1750 ਕਿਉਂ ਹੋਇਆ, ਫਿਰ ਵੀ ਤੁਸੀਂ 1400 ਕੁਝ ਦੇ ਰਹੇ ਹੋ, ਤਾਂ ਇਹਦਾ ਮਤਲਬ ਤੁਸੀਂ ਯੂਨੀਵਰਸਿਟੀਆਂ ਦੀ ਵੀ ਨਹੀਂ ਮੰਨ ਰਹੇ, ਤਾਂ ਮਤਲਬ ਫਿਰ ਕਿਸਾਨ ਜਾਏਗਾ ਕਿਸ ਪਾਸੇ? ਮਤਲਬ ਬਿਲਕੁਲ ਖੁਦਕੁਸ਼ੀਆਂ ਹੀ ਕਰੇਗਾ। ਦਵਿੰਦਰ ਜੀ, ਜਦੋਂ ਆਪਾਂ ਗੱਲ ਕਰਦੇ ਹਾਂ, ਇੱਕ ਬਹੁਤ ਪੰਜਾਬ ਦੇ 'ਚ ਪ੍ਰਚਾਰ ਕੀਤਾ ਗਿਆ ਕਿ ਜਿਹੜਾ ਗ੍ਰੀਨ ਰੈਗੂਲੇਸ਼ਨ, ਹਰਾ ਇਨਕਲਾਬ, ਉਹਨੇ ਕਿਸਾਨ ਦੀ ਬੜੀ ਹਾਲਤ ਸੁਧਾਰੀ, ਉਸ ਦੌਰਾਨ ਬੜਾ ਕੁਝ ਟਰੈਕਟਰ ਆਏ, ਮਸ਼ੀਨਰੀ ਆਈ, ਬੀਜ ਆਏ, ਬਹੁਤ ਕੁਝ ਹੋਇਆ ਜਿਹੜਾ ਹੈਗਾ। ਕੋਈ ਲੱਗਦਾ ਨਹੀਂ ਕਿ ਉਸ ਹਰੇ ਇਨਕਲਾਬ ਨੇ ਬਾਅਦ 'ਚ ਪੰਜਾਬ ਦਾ ਗਲਾ ਘੋਟਤਾ? ਇੱਕ ਟਾਈਮ 'ਚ ਤਾਂ ਹਰਾ ਇਨਕਲਾਬ ਸੀਗਾ, ਇਹ 'ਚ ਕੋਈ ਸ਼ੱਕ ਨਹੀਂ ਹੈ। ਜਦ ਸ਼ੁਰੂਆਤ ਹੋਈ ਸੀਗੀ 1960 ਦੇ ਦਸ਼ਕ ਵਿੱਚ, ਮੈਨੂੰ ਯਾਦ ਹੈ ਹਾਲ ਤੱਕ, ਉਸ ਟਾਈਮ ਪੰਜਾਬ ਬਿਲਕੁਲ ਕਹਿੰਦੇ ਪੰਜਾਬੀ 'ਚ ਕਹਿੰਦੇ ਬੱਲੇ ਬੱਲੇ ਸੀਗਾ, ਔਰ ਕਿਸਾਨ ਦੀ ਬਲਕਿ ਬਿਲਕੁਲ ਠੀਕ ਸੀਗਾ, ਮੁੱਛਾਂ ਉੱਪਰ ਹੁੰਦੀ ਸੀਗੀਆਂ ਔਰ ਟਰੈਕਟਰ 'ਤੇ ਬੈਠਾ ਹੁੰਦਾ ਸੀਗਾ, ਉਹ ਜਿਹੜੀ ਇਮੇਜ ਸੀਗੀ ਉਹ ਸਾਡੇ ਸਭ ਦੇ ਮਾਇੰਡ ਵਿੱਚ ਹੈਗੀ ਹੈ। ਲੇਕਿਨ ਹੁਣ ਉਹੀ ਗ੍ਰੀਨ ਰੈਵੋਲੂਸ਼ਨ ਮੇਰੇ ਆਪਣੇ ਖਿਆਲ ਨਾਲ, ਜੋ ਕਿ ਮੈਂ ਕਈ ਜਗ੍ਹਾ ਕਹਿੰਦਾ ਵੀ ਹੈ ਕਿ ਵੀ ਉਹ ਰੈੱਡ ਰੈਵੋਲੂਸ਼ਨ ਬਣ ਚੁੱਕਿਆ, ਹੁਣ ਤਾਂ ਬਲੱਡ ਹੈ, ਸਿੱਧਾ ਖੂਨ ਜਿਹੜਾ ਹੈਗਾ ਤੁਹਾਨੂੰ ਉੱਥੇ ਮਿਲਦਾ ਹੈਗਾ। ਔਰ ਮੈਨੂੰ ਸਮਝ ਨਹੀਂ ਆਉਂਦਾ ਕਿ ਹਲੇ ਕਿਸਾਨ ਵਿਚਾਰੇ ਮਜਬੂਰੀ ਇੰਨੀ ਹੈ ਕਿ ਉਹ ਕਿਤੇ ਹੋਰ ਵੀ ਉਹਨਾਂ ਨੂੰ ਕੁਛ ਨਹੀਂ ਮਿਲ ਸਕਦਾ, ਨੌਕਰੀ ਨਹੀਂ ਮਿਲ ਸਕਦੀ, ਚਾਰਾ ਹੀ ਨਹੀਂ ਹੈ, ਕੋਈ ਚਾਰਾ ਨਹੀਂ ਹੈਗਾ। ਅੱਜ ਸਰਕਾਰ ਕਹਿੰਦੀ ਹੈ ਕਿ ਅਗਲੇ 5 ਸਾਲਾਂ ਵਿੱਚ, ਹੁਣ ਤਾਂ ਦੇਖੋ ਸਰਕਾਰ ਦੀ ਗੱਲ ਦੇਖ ਲਓ, ਅੱਜ ਅਸੀਂ 2015 'ਚ ਹੈਗੇ ਹਾਂ, ਸਰਕਾਰ ਕਹਿੰਦੀ ਹੈ ਅਸੀਂ 2020 'ਚ 20 ਤੱਕ ਅਸੀਂ 32 ਕਰੋੜ ਜੋਬਸ ਕ੍ਰੀਏਟ ਕਰ ਦੇਵਾਂਗੇ। 32 ਕਰੋੜ ਤਾਂ ਆਜ਼ਾਦੀ ਦੇ ਬਾਅਦ ਨਹੀਂ ਹੋਏ, ਇਹ ਕਿਹੜੇ ਜੋਬਸ ਹੋਣਗੇ? ਇੱਕ ਕਹਿ ਰਹੇ ਜ਼ਮੀਨ ਅਧਿਕਰਨ ਦੇ ਬਾਅਦ ਕਹਿ ਰਹੇ ਹੋ, ਤਾਂ ਜਿਵੇਂ ਤਾਂ ਜ਼ਮੀਨ ਅਧਿਕਰਨ ਕਰੋਗੇ ਇਹ ਲੋਕ ਕੱਢੋਗੇ, ਇਹ ਬਣ ਜਾਏਗਾ ਦਿਹਾੜੀ ਮਜ਼ਦੂਰ, ਇਹਨੂੰ ਜੋਬ ਕ੍ਰੀਏਸ਼ਨ ਕਹਿੰਦੇ, ਇਹ ਫਿਰ ਜੋਬ ਆ ਜਾਏਗੀ, ਇਹਨੂੰ ਤੁਸੀਂ ਜੋਬ ਕ੍ਰੀਏਸ਼ਨ ਅਧਿਕਰਨ ਦੇ 32 ਕਰੋੜ ਲੋਕ ਤੁਸੀਂ ਦਿਹਾੜੀ ਮਜ਼ਦੂਰ ਬਣਾਉਣੇ ਹੈ, ਤਾਂ ਕਿਸਾਨ ਨੂੰ ਉਹ ਵੀ ਦਿਹਾੜੀ ਮਜ਼ਦੂਰੀ ਵਿਚਾਰਾ ਹੈਗਾ, ਉਹਨੂੰ ਕੱਢ ਕੇ ਤੁਸੀਂ ਦੂਜੇ ਦਿਹਾੜੀ ਮਜ਼ਦੂਰ, ਉੱਥੇ ਘੱਟ ਤੋਂ ਘੱਟ ਜ਼ਮੀਨ ਤਾਂ ਉਹਦੇ ਕੋਲ, ਹੁਣ ਉਹ ਵੀ ਚਲ ਜਾਏਗੀ ਹੱਥ ਵਿੱਚੋਂ, ਤਾਂ ਕਹਿੰਦਾ ਮਤਲਬ ਡੈਲੀਬਰੇਟਲੀ ਅਸੀਂ ਉਹਨੂੰ ਐਸੇ ਚੱਕਰ 'ਚ ਪਾ ਰਹੇ ਹਾਂ ਕਿ ਉਹਦਾ ਬਸ ਮਨ ਲੱਗਦਾ ਕਿ ਉਹ ਕੋਈ ਰਸਤਾ ਹੈ ਹੀ ਨਹੀਂ ਹੈ ਸਿਵਾਏ ਉਹ ਕਿ ਆਪਣੇ ਖੁਦਕੁਸ਼ੀ ਕਰੇ ਜਾਂ ਆਪਣੇ ਆਪ ਨੂੰ ਕਿਤੇ ਹੋਰ ਤੱਕ। ਇੱਕ ਪੁਆਇੰਟ ਜੋੜਦਾ ਸਰ ਦੇ, ਕੱਲ੍ਹ ਮੈਂ ਜਸਟ ਇੱਕ ਟੈਕਸੀ ਡਰਾਈਵਰ ਨੂੰ ਮਿਲਿਆ, ਮੈਂ ਉਹਨੂੰ ਮੈਂ ਸਰਸਰੀ ਤੌਰ 'ਤੇ ਹੀ ਪੁੱਛ ਲੈਂਦਾ ਕਿ ਉਹ ਕੀ ਪਿੰਡ 'ਚ ਕਰਦਾ ਕੀ ਨਹੀਂ। ਇਸ ਉਹਨੇ ਮੈਨੂੰ ਦੱਸਿਆ ਕਿ ਉਹਨੇ 8 ਕਰੋੜ ਰੁਪਏ ਦੀ ਜ਼ਮੀਨ, ਏਅਰਪੋਰਟ ਵਾਲੀ ਜਿਹੜੀ ਰੋਡ ਬਣੀ ਹੈ ਉਹਦੇ 'ਚ ਉਹਦੀ ਜ਼ਮੀਨ ਆ ਗਈ ਔਰ ਉਹਨੂੰ 8 ਕਰੋੜ ਰੁਪਇਆ ਮਿਲਿਆ। ਅਤੇ ਮੈਂ ਕਿਹਾ ਉਹਦਾ ਕੀ ਕੀਤਾ ਤੂੰ? ਕਹਿੰਦਾ ਮੈਂ ਹਰਿਆਣੇ ਦੇ ਵਿੱਚ 12 ਏਕੜ ਤੋਂ 18 ਏਕੜ ਜ਼ਮੀਨ ਅਸੀਂ ਖਰੀਦ ਲਈਏ। ਮੈਂ ਫਿਰ ਤੂੰ 18 ਏਕੜ ਜ਼ਮੀਨ ਖਰੀਦ ਕੇ ਅਤੇ ਘਰ ਚਲਾ ਰਿਹਾ? ਕਹਿੰਦਾ ਉਸ 'ਚ ਤਾਂ ਕੁਛ ਬਚਣਾ ਹੀ ਨਹੀਂ ਨਾ ਜੀ, ਇਸ 'ਚੋਂ ਕਹਿੰਦਾ ਹਜੇ 6000 ਰੁਪਏ ਮਹੀਨੇ ਦਾ ਬਚ ਜਾਂਦਾ। ਇਹ ਹਾਲਤ ਹੈ ਜਿਹੜੀ, ਮਤਲਬ 12 ਕਰੋੜ ਰੁਪਇਆ ਲਗਾ ਕੇ ਉਹਨੇ ਜਿਹੜੀ 18 ਏਕੜ ਜ਼ਮੀਨ ਖਰੀਦੀ ਹੈ ਉਸ 'ਚੋਂ ਵੀ ਉਹ ਕਹਿੰਦਾ ਮੈਨੂੰ ਕੁਛ, ਸੋਰੀ 8 ਕਰੋੜ ਰੁਪਏ ਲਾ ਕੇ 18 ਕਰੋੜ ਦੀ ਜ਼ਮੀਨ ਖਰੀਦੀ ਹੈ ਔਰ ਕਹਿੰਦਾ ਮੈਨੂੰ ਇੱਥੋਂ 6000 ਰੁਪਏ ਪਰ ਮੰਥ ਬਚ ਜਾਂਦਾ। ਮਤਲਬ ਫਿਰ ਇਹਦਾ ਮਤਲਬ ਖੇਤੀ ਤਾਂ ਬਿਲਕੁਲ ਹੀ ਲਾਇਬਲ ਕਿੱਦਾਂ ਰਹੇਗੀ? ਜਿੰਦਰ ਜੀ, ਜਦੋਂ ਆਪਾਂ ਇਹਦੇ 'ਤੇ ਗੱਲ ਕਰਦੇ, ਜਿਨ੍ਹਾਂ ਨੇ ਕਿਹਾ ਵੀ ਖੇਤੀ ਦੀ ਇੱਦਾਂ ਦੀ ਜਿਹੜੀ ਸਿਚੁਏਸ਼ਨ ਪੈਦਾ ਹੋਈ ਹੈ, ਤੁਸੀਂ ਵੀ ਕਿਹਾ
अक्सर यह कहा जाता है पोलीटल पार्टी वालों जो विरोधी है वो कहें कि जी कांग्रेस ने लंबा समा राज किया इस करके होया पर बाद दूजिया सरकार भी आई लगता कि कांग्रेस जिम्मेवार है जी सारे ही इस हमाम च नंगे हैं किसी को ब्लेम कर लो मेरा मेरा कहना है कि सारिया सरकार इररिस्पेक्टिव कि कलर तो आदि कि पार्टी तो कि एफिलिएशन है सब जिम्मेवार है तुम देख लो कि पिछले कांग्रेस ने ब्लेम तो करता तो लगता कि पोलीटिकल तौर पर रोटियां सेकने वाली गेम है देखो किसान के दो ही रोल है जी किसान का एक रोल तो है वोट बैंक दूजा है लैंड बैंक और तीजा रोल कोई नहीं है तो पोलीटिकल पार्टी का यही इस्तेमाल कर दिया है लेकिन जो मेन इंपॉर्टेंट गल तुम बोली कि पिछले कांग्रेस ने ब्लेम कर लेने तो याद होएगा इलेक्शन तो पहले मोदी जी खुद अपनी रैली कहते हैं कि मैं आ जाऊंगा तो मैं 50% प्रॉफिट देवगा किसानों ने सामने रिकमेंडेशन उसके बाद सुप्रीम कोर्ट में एक एफीडेविट से सरकार ने कहता है कि असी 50 रुपये तो जाए नहीं दे नहीं सकते जी जी कितनी जिम्मेवारी होगी उन्होंने ब्लेम करना आसान है वो तो हर जिस तरह टीवी शो तो देखते हैं कांग्रेस उन्होंने ब्लेम करती है बीजेपी उन्होंने ब्लेम करती है पर गल है कि सारे ही सारे इस हमाम नंगे है गल बड़ी अहम एक होर मैं तुम दसा ये चल रही थी कोई पार्टी है जिहड़ी किसानां दे हक च बोलदी है होर सारियां स्टेटां च इक्को ही पार्टी है कि ओह हैगी विपक्षी विपक्षी पार्टी ही हक च बोलदी है बाकी जदों ओह सत्ता जा जांदी जदों भी जिहड़ी आ जाए तां फिर होर मतलब इस तरह दे चुटकले बंडे शुरू हो गए हैं इन्हां मुद्दियां ते असीं अपने मेहमानां दे नाल दो पड़ाव दी चर्चा कर रहे हैं पहले पड़ाव दी चर्चा च शामिल होण लई मैं अपने दोनों मेहमानां दा धन्नवादी हाँ और नाल ही दर्शकों लई भी सुनेहा है कि इस जुड़े अहम मुद्दियां नाल जिहड़े अहम सवाल बाकी है असीं दूजे पड़ाव दी चर्चा च लवांगे सो दूजे पड़ाव की चर्चा देखना भी तुसी ना भुलना तो सानू कोई भी तुसी मैसेज या सुझाव देना हो पता है जगतार सिद्धू @ globalpunjabtv.com